ਕਦੇ ਦੱਲਿਆਂ ਨਾਲ ਵਾਹ ਪਿਆ ਤੁਹਾਡਾ, ਲਾਜ਼ਮੀ ਪਿਆ ਹੋਊ, ਤੇ ਦੱਲਿਆਂ ਦਾ ਗੜ ਕਿਹੜਾ? ਚੰਡੀਗੜ੍ਹ। ਇਸ ਗੱਲ ਨਾਲ ਸਹਿਮਤ ਹੋਏ ਤਾਂ ਸ਼ੇਅਰ ਕਰਿਓ, ਤੇ ਮੇਰੇ ਖਿਆਲ 'ਚ ਲਗਭਗ ਸਾਰਿਆਂ ਦਾ ਵਾਹ ਪਿਆ ਹੋਊ। ਤੇ ਜੇ ਤੁਸੀਂ ਉਹਨਾਂ ਦੱਲਿਆਂ ਦੇ ਨਾਲ ਕਿਸੇ ਸੌਦੇ ਦੇ ਵਿੱਚ ਭਾਈਵਾਲ ਰਹੇ ਹੋ ਤਾਂ ਸ਼ੇਅਰ ਨਾ ਕਰਿਓ, ਪਰ ਜੇ ਉਹਨਾਂ ਦੀ ਲੁੱਟ ਦੇ ਸ਼ਿਕਾਰ ਹੋਏ ਹੋ ਤੇ ਇਕੱਲਾ ਇਕੱਲਾ ਪੰਜਾਬ ਦਾ ਬਛਿੰਦਾ ਉਸ ਲੁੱਟ ਦਾ ਸ਼ਿਕਾਰ ਹੋਇਆ, ਤੁਹਾਡੇ ਪੁੱਤ, ਤੁਹਾਡੀਆਂ ਫਸਲਾਂ, ਤੁਹਾਡੀਆਂ ਨਸਲਾਂ, ਤੁਹਾਡੇ ਪਾਣੀ, ਸਾਰਿਆਂ ਦੇ ਸੌਦੇ ਕਿੱਥੇ ਹੋਏ ਆ? ਉਸੇ ਗੜ੍ਹ 'ਚ ਹੋਏ ਆ। ਗੜ੍ਹ ਕੀ ਹੁੰਦਾ? ਜਿਹਦੇ ਵਿੱਚ ਜਾ ਕੇ ਕੀ ਆ, ਸੁਰੱਖਿਅਤ ਰਿਹਾ ਜਾਂਦਾ, ਕਿਲੇ ਨੂੰ ਕਿਹਾ ਜਾਂਦਾ ਗੜ੍ਹ। ਉਹ ਕਿਲਾ ਬਣਿਆ ਪਿਆ ਉਹ ਚੰਡੀਗੜ੍ਹ, ਜਿੱਥੇ ਪੰਜਾਬ ਦੀ ਕਿਸਮਤ ਦਾ ਸੌਦਾ ਹੋਇਆ, ਪੰਜਾਬ ਦੀ ਹਰ ਚੀਜ਼ ਦਾ ਸੌਦਾ ਕਿੱਥੇ ਹੋਇਆ? ਉੱਥੇ। ਤੇ ਵੇਚਣ ਵਾਲੇ ਕੌਣ ਨੇ? ਉਹਨਾਂ ਦੀ ਨਿਸ਼ਾਨਦੇਹੀ ਕਰਦੇ ਆ। ਜਿਹੜੇ ਰਹਿ ਗਏ ਉਹ ਤੁਸੀਂ ਗਿਣਾ ਦਿਓ ਕਮੈਂਟ ਬਾਕਸ ਦੇ ਵਿੱਚ, ਤੇ ਜਿਹੜੇ ਸਹਿਮਤ ਹੋਏ, ਜੇ ਡਰਦੇ ਨਾ ਹੋਏ ਤਾਂ ਸ਼ੇਅਰ ਜ਼ਰੂਰ ਕਰ ਦਿਓ। ਤੇ ਇਹ ਗੱਲ ਦਾ ਅਹਿਸਾਸ, ਅੱਜ ਬਾਈ ਚਰਨਜੀਤ ਭੁੱਲਰ ਨੇ ਇੱਕ ਗੱਲ ਲਿਖੀ ਹੈ, ਉਹਨੇ ਦੱਸਿਆ ਕਿ ਇੰਡੀਅਨ ਅਵਤਾਰ ਸਰਵਿਸ ਕਿਹਾ ਦੱਲਿਆਂ ਨੂੰ। ਕਿਹੜੇ ਦੱਲੇ? IAS ਅਫਸਰ ਜਿਹੜੇ ਹੈਗੇ ਆ। ਮੈਂ ਅਕਸਰ ਕਹਿਣਾ ਹੁੰਦਾ ਕਿ ਪੰਜਾਬ ਨੂੰ ਕੱਚੀਆਂ ਸਰਕਾਰਾਂ ਨੇ ਨਹੀਂ ਬਰਬਾਦ ਕੀਤਾ, ਜਿਹੜੀਆਂ 5 ਸਾਲਾਂ ਵਾਸਤੇ ਅਸੀਂ ਚੁਣਦੇ ਹਾਂ, ਪੰਜਾਬ ਨੂੰ ਬਰਬਾਦ ਕੀਤਾ ਪੱਕੀਆਂ ਸਰਕਾਰਾਂ ਨੇ। ਕਿਹੜੀਆਂ? ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ, ਇਹ ਤਾਂ 5 ਸਾਲਾਂ ਬਾਅਦ ਬਦਲ ਲਾਂਗੇ, ਪਰ ਜਿਹੜੇ ਉਹ ਬੈਠੇ ਆ ਨਾ, ਮਲਾਈ ਖਾਣੇ ਜਿਹੜੇ ਹੈਗੇ ਆ, ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਤੇ ਉਹਨਾਂ ਨੇ ਸਾਡੇ ਪੰਜਾਬ ਨੂੰ ਅਸਲ ਬਰਬਾਦ ਕੀਤਾ। ਤੇ ਬੜੇ ਦੱਲੇ ਨੇ ਪੰਜਾਬ ਦੇ, ਜਿਹੜੇ ਉਹਨਾਂ ਦੱਲਿਆਂ ਦੇ ਥੱਲੇ ਰੱਖੇ ਹੋਏ ਨੇ, ਛੋਟੇ ਦੱਲੇ, ਜਿਹੜੇ ਤੁਹਾਡੇ ਪੁੱਤਾਂ ਨੂੰ ਆ ਕੇ ਕਹਿੰਦੇ ਆ 10 ਲੱਖ ਦੇ ਦਿਓ ਨੌਕਰੀ ਲਵਾ ਦਿੰਦੇ ਆ, 5 ਲੱਖ ਦੇ ਦਿਓ ਨੌਕਰੀ ਲਵਾ ਦਿੰਦੇ ਆ। ਤੇ ਬਹੁਤ ਕੁਛ ਅੱਜ ਤੋਂ ਪਹਿਲਾਂ ਪੰਜਾਬ 'ਚ ਚੱਲਦਾ ਰਿਹਾ ਤੇ ਹੁਣ ਵੀ ਚੱਲ ਰਿਹਾ ਵਿੰਗੇ ਟੇਢੇ ਢੰਗ ਨਾਲ। ਤੇ ਹੁਣ ਵੀ ਕਿਹਾ ਕੀ ਜਾਂਦਾ, ਤੁਸੀਂ ਬਦਲੀ ਕਰਾਉਣੀ ਹੋਵੇ ਨਾ, ਕਿਸੇ ਟੀਚਰ ਨੇ ਕਰਾਉਣੀ ਹੋਵੇ, ਕਿਸੇ ਮਹਿਕਮੇ 'ਚ ਬਦਲੀ ਕਰਾਉਣੀ ਹੋਵੇ, ਤਾਂ ਦੱਲਿਆਂ ਦੇ ਕੋਲੇ ਜਾਣਾ ਪੈਂਦਾ ਕਿ ਨਹੀਂ ਪੈਂਦਾ? ਇਹ ਦੱਲੇ ਫਿਰ ਰਹਿੰਦੇ ਕਿੱਥੇ ਆ? ਚੰਡੀਗੜ੍ਹ। ਇਸੇ ਕਰਕੇ ਕਹਿਣਾ ਕਿ ਚੰਡੀਗੜ੍ਹ ਦਾ ਨਾਂ ਬਦਲ ਕੇ ਦਲਾਲਗੜ੍ਹ ਰੱਖ ਦਿਓ, ਜੇ ਇਸ ਮੰਗ ਨਾਲ ਸਹਿਮਤ ਹੋ। ਇਹੀ ਸਾਡੀ ਮੰਗ ਆ ਕਿ ਚੰਡੀਗੜ੍ਹ ਦਾ ਨਾਂ ਦਲਾਲਗੜ੍ਹ ਰੱਖ ਦਿਓ, ਤੇ ਹਰ ਸੌਦਾ ਪੰਜਾਬ ਦਾ, ਮੈਂ ਕਹਿੰਦਾ ਤੁਸੀਂ ਕਤਲ ਵੀ ਕਰ ਦਿਓ ਨਾ, ਤੇ ਜੇਬ 'ਚ 10 ਲੱਖ ਰੁਪਇਆ ਪਾਓ, ਜਾ ਕੇ ਕੋਰਟਾਂ ਦੇ ਵਿੱਚ ਜਾ ਕੇ ਉੱਥੇ ਚੰਗੇ ਚੰਗੇ ਵਕੀਲ ਬੈਠੇ ਜਿਹੜੇ ਕਹਿੰਦੇ ਆ ਪੈਸੇ ਲਿਆਓ, ਤੇ ਕੀ ਆ, ਜ਼ਮਾਨਤ ਕਰਾਓ। ਕਤਲ ਕੇਸਾਂ ਦੀਆਂ ਜ਼ਮਾਨਤਾਂ ਵੀ ਚੁਟਕੀਆਂ 'ਚ ਹੋ ਜਾਂਦੀਆਂ ਨੇ, ਕਿਉਂਕਿ ਜੁਡੀਸ਼ਰੀ ਜਿਹੜੀ ਕੀ ਆ, ਅਖੀਰਲੀ ਟੇਕ ਜੀ ਤੇ ਰੱਖੀ ਬੈਠੇ ਆ, ਉਹਦੇ ਵਿੱਚੋਂ ਵੀ ਜ਼ਿਆਦਾਤਰ ਬੰਦੇ ਬਕਾਊ ਹੋ ਚੁੱਕੇ ਆ। ਬਾਈ ਚਰਨਜੀਤ ਭੁੱਲਰ ਨੇ ਜਿਹੜੀ ਗੱਲ ਕੀਤੀ ਉਹ 'ਚ ਕੀ ਆ, ਗੱਲ ਜ਼ਿਕਰ ਕਰਦੇ ਆ ਕਿ 25% ਬੰਦੇ ਉਹਦੇ 'ਚੋਂ ਇਮਾਨਦਾਰ ਹੈਗੇ ਆ, ਪਰ ਮੈਂ ਜਿੰਨੇ ਕੀ ਆ ਸਮਝਦਾ 25 ਵੀ ਨਹੀਂ, ਮੇਰੇ ਖਿਆਲ 'ਚ 5% ਵੀ ਨਿਕਲਿਆ ਨਾ, ਬਹੁਤ ਵੱਡੀ ਗੱਲ ਆ। ਇਸ ਲੌਬੀ ਦੇ ਵਿੱਚੋਂ ਗੱਲ ਕੀਤੀ ਆ ਬਾਈ ਨੇ, IAS ਅਫਸਰਾਂ ਦੀ ਗੱਲ ਕੀਤੀ ਆ। ਹੁਣ ਰੌਲਾ ਕੀ ਆ, ਇਹ ਕੀ ਆ, ਕਹਿੰਦਾ ਰੱਬ ਨੇ, ਆਪਾਂ ਕਹਿ ਦਿੰਦੇ ਆ, ਪਰ ਰੱਬ ਜੇ ਨਹੀਂ ਵੀ ਕੋਈ ਮੰਨਦਾ ਤਾਂ ਰੱਬ ਤੋਂ ਘੱਟ ਵੀ ਕੋਈ ਨਹੀਂ। ਹੁਣ ਰੱਬ ਕਿਹਨੂੰ ਕਿਹਾ ਜਾਂਦਾ? ਹੁਣ ਹਿੰਦੂਇਜ਼ਮ 'ਚ ਕਿਹਾ ਜਾਂਦਾ ਬ੍ਰਹਮਾ, ਵਿਸ਼ਨੂੰ, ਮਹੇਸ਼, ਇੱਕ ਬ੍ਰਹਮਾ ਬਣਾਉਣ ਵਾਲਾ, ਠੀਕ ਹੈ, ਵਿਸ਼ਨੂੰ ਨੂੰ ਚਲਾਉਣ ਵਾਲਾ, ਤੇ ਸ਼ਿਵਜੀ ਮਹੇਸ਼ ਜਿਹਨੂੰ ਕਹਿ ਦਿੰਦੇ ਆ, ਉਹ ਡਿਸਟਰੋਇਰ ਆ, ਉਹ ਖਤਮ ਤਬਾਹ ਕਰਨ ਵਾਲਾ। ਸਾਡੇ ਪੰਜਾਬ ਨੂੰ ਚਲਾਉਣ ਵਾਸਤੇ ਕਾਨੂੰਨ ਵੀ ਇਹ ਬਣਾਉਂਦੇ ਆ, ਚਲਾਉਂਦੇ ਵੀ ਇਹ ਆ, ਤੇ ਉਹਨਾਂ ਨੂੰ ਤਬਾਹ ਵੀ ਇਹਨਾਂ ਨੇ ਕੀਤਾ, ਇਹ ਦੱਲਿਆਂ ਨੇ ਕੀਤਾ ਜਿਹੜੇ ਚੰਡੀਗੜ੍ਹ ਬੈਠੇ ਆ ਓਏ। ਤੇ ਇਹਨਾਂ ਦੇ ਥੱਲੇ ਜਿਹੜੇ ਤੁਹਾਨੂੰ ਮੈਂ ਦੱਸਿਆ, ਜਿਹੜੇ ਪਿੰਡਾਂ ਦੇ ਵਿੱਚੋਂ ਕੁਛ ਜਾਂਦੇ ਆ, ਜਿਹੜੇ ਵਿੱਚੋਂ ਕਮਿਸ਼ਨ ਖਾਂਦੇ ਆ, ਦੱਲੇ ਤਾਂ ਥਾਣਿਆਂ 'ਚ ਵੀ ਜਾਂਦੇ ਆ ਸਾਡੇ, ਉਹ ਛੋਟੇ ਹੁੰਦੇ ਆ, ਠੀਕ ਹੈ ਨਾ। ਮੈਂ ਘੜਮ ਚੌਧਰੀ ਕਹਿ ਦਿੰਦਾ, ਇਹ ਘੜਮ ਚੌਧਰੀਆਂ ਦੇ ਉਤਲੀ ਕੀ ਆ, ਸ਼੍ਰੇਣੀ ਆ ਜਾਂਦੀ ਆ, ਇਹਨੂੰ ਕੀ ਆ, ਦੱਲੇ ਕਿਹਾ ਜਾਂਦਾ, ਜਿਹੜੇ ਕੀ ਆ ਤੁਹਾਡੇ ਨਾਲ ਪਿੰਡਾਂ 'ਚੋਂ ਵੀ ਤੁਹਾਡੀਆਂ ਬਾਹਾਂ ਫੜ ਫੜ ਕੇ ਲਿਜਾਂਦੇ ਆ, ਤੇ ਉੱਥੇ ਵਢਾਂਗਾ ਕਰਾਉਂਦੇ ਆ, ਵਢਾ ਕੇ ਲਿਆਉਂਦੇ ਆ, ਤੇ ਬਦਲੀਆਂ ਦੇ ਵਾਸਤੇ ਲਾੜੋ ਜਾਂ ਹੋਰ ਕਿਸੇ ਕੰਮ ਧੰਦੇ ਵਾਸਤੇ ਜਾਣਾ, ਹਰ ਕੰਮ ਵਾਸਤੇ ਜਾਣਾ ਕਿੱਥੇ ਪੈਂਦਾ? ਇਹਨਾਂ ਦੇ ਗੜ੍ਹ 'ਚ ਜਾਣਾ ਪੈਂਦਾ। ਕਿੱਥੇ? ਚੰਡੀਗੜ੍ਹ ਜਾਣਾ ਪੈਂਦਾ। ਬਾਈ ਨੇ ਕੀ ਆ ਇਹੀ ਗੱਲ ਕੀਤੀ ਆ। ਤੇ ਮੈਂ ਇੱਕੋ ਗੱਲ ਕਰਦਾ ਕਿ ਜਿਹੜੇ ਆ ਤਿਉਹਾਰ ਆਉਂਦੇ ਆ ਨਾ, ਦੀਵਾਲੀ ਦਿਵੂਲੀ ਤੇ, ਕਦੇ ਤੁਸੀਂ ਨਾ, ਮੈਂ ਕਹਿੰਦਾ ਵੀ 3 ਦਿਨ ਕਦੇ ਚੰਡੀਗੜ੍ਹ ਦੇ ਕਿਸੇ ਰੋਡ ਤੇ ਖੜ੍ਹ ਕੇ ਚੈੱਕ ਕਰਕੇ ਦੇਖੋ, ਗੱਡੀਆਂ ਲੱਦੀਆਂ ਜਾਂਦੀਆਂ ਗਿਫਟਾਂ ਦੇ ਨਾਲ,
ਇੱਕ IAS ਅਫਸਰ ਨੂੰ, ਇੱਕ DC ਲੈਵਲ ਦੇ ਨੂੰ ਤਾਂ ਜ਼ਿਲ੍ਹੇ ਦੇ ਵਿੱਚ ਲਾ ਲਓ ਕਰੋੜਾਂ ਦੇ ਗਿਫਟ ਇਕੱਠੇ ਹੁੰਦੇ ਆ। ਤੇ ਜਿਹੜੇ ਚੰਡੀਗੜ੍ਹ ਬੈਠੇ ਆ, ਮੇਰੇ ਖਿਆਲ 'ਚ ਜਿੰਨੀ ਤਨਖਾਹ ਸਾਰੀ ਉਮਰ 'ਚ ਕਮਾਉਣੀ ਆ, ਇੱਕ ਦਿਨ 'ਚ ਦੀਵਾਲੀ ਦੇ ਗਿਫਟ ਆ ਜਾਂਦੇ ਆ ਉਹਨਾਂ ਨੂੰ। ਇਹਨੇ 'ਚ ਕੋਈ ਵੀ ਬਲਦੇਵ ਸਰਾਂ ਜੀ ਵਰਗਾ ਜਿਵੇਂ ਚੇਅਰਮੈਨ ਬਿਜਲੀ ਬੋਰਡ ਨਾ ਗੇਟ 'ਤੇ ਲਿਖ ਕੇ ਲਾਤਾ ਸੀ ਵੀ ਕੋਈ ਗਿਫਟ ਦੇਣ ਨਾ ਮੇਰੇ ਘਰ 'ਚ ਵੜ ਜਾਓ, ਉਹਨਾਂ ਨੇ ਲਿਖ ਕੇ ਲਾਇਆ ਸੀ। ਉਹੋ ਜਿਹਾ ਅਫਸਰ ਮੇਰੇ ਤਾਂ ਖਿਆਲ ਨਹੀਂ ਕੋਈ ਹੋਰ ਕਦੇ ਸੁਣਿਆ ਹੋਊਗਾ। ਉਹ ਇਕੱਲੇ ਮੈਂ ਕਿ ਬਲਦੇਵ ਸਿੰਘ ਸਰਾਰ ਕੇ ਹੋਏ ਨੇ। ਚੰਦ ਕੁ ਅਫਸਰ ਹੈਗੇ ਆ ਜਿਨ੍ਹਾਂ ਦੀ ਕੀ ਆ ਅੱਜ ਵੀ ਇਮਾਨਦਾਰੀ ਹੈਗੀ ਆ, ਤੇ ਕੁਛ ਜਿਹੜਾ ਬਚਿਆ ਪੰਜਾਬ ਵਿੱਚ ਉਹਨਾਂ ਦੇ ਸਿਰ 'ਤੇ ਹੀ ਬਚਿਆ ਪਿਆ। ਇਸੇ ਕਰਕੇ ਮੈਂ ਸਾਰਿਆਂ ਨੂੰ ਕਹਿਣਾ, ਹੁਣ ਸਾਡੇ ਸੇਵਕ ਕਹਾਉਂਦੇ ਆ ਸਾਡੇ ਲੀਡਰ, ਤੇ ਨੌਕਰ ਕਹਾਉਂਦੇ ਆ ਕਿਹੜੇ, ਆਹੀ IAS ਕਲਾਸ ਹੀ ਆਪਦੇ ਆਪ ਨੂੰ ਨੌਕਰ ਕਹਾਉਂਦੀ ਆ। ਵੈਸੇ ਕੀ ਆ, ਪਬਲਿਕ ਸਰਵੈਂਟਾਂ ਸੀ, ਪਰ ਨੌਕਰ ਤੇ ਸੇਵਕ ਸਾਡੇ ਲੜੇ ਮੈਂ ਕਿ ਰਲੇ ਵੇ ਆ। ਹੁਣ ਸੇਵਕ ਸਾਡੇ ਜਿਹੜੇ ਹੈਗੇ ਆ ਤੇ ਨੌਕਰ ਨੇ, ਨੌਕਰਾਂ ਨੂੰ ਮੈਂ ਕੀ ਆ ਚੂਹੇ ਦੀ ਕੈਟਾਗਰੀ 'ਚ ਰੱਖਦਾ। ਇਹ ਚੂਹੇ ਨੇ ਜਿਹੜੇ ਚੂਹੇ ਸਭ ਤੋਂ ਵੱਧ ਫਸਲਾਂ ਦਾ ਨੁਕਸਾਨ ਕਰਦੇ ਆ, ਤੇ ਜਿਹੜੇ ਇਹ ਅਸੀਂ ਬਿੱਲੇ ਪਾਲਦੇ ਹਾਂ, ਜਿਹੜੇ ਦੁੱਧ ਦੀ ਕੀ ਆ ਅਸੀਂ ਬਿੱਲੇ ਨੂੰ ਰੱਖ ਕੇ ਦੁੱਧ ਤੋਂ ਮਲਾਈ ਭਾਲਦੇ ਹਾਂ, ਪੰਜਾਬ ਨੂੰ ਬਹਸਦਾ ਬਸਦਾ ਦੇਖਣਾ ਚਾਹੁੰਦੇ ਹਾਂ, ਜਿਹੜੇ ਬਿੱਲੇ ਅਸੀਂ ਚੁਣ ਲੈਂਦੇ ਨਾ 5 ਸਾਲ ਵਾਸਤੇ ਸਰਕਾਰਾਂ, ਇਹ ਫਿਰ ਕਿਹੜੇ ਹੁੰਦੇ ਆ ਬਿੱਲੇ, ਇਹ ਚੂਹਿਆਂ ਨਾਲ ਰਲ ਜਾਂਦੇ ਆ, ਤੇ ਚੂਹਿਆਂ ਨਾਲ ਰਲ ਕੇ ਫਿਰ ਹੱਟ ਦਾ ਕੀ ਬਾਨਾ ਬਾਣੀਏ ਦੇ ਵਿਚਾਰੇ ਦਾ, ਤਾਂ ਹੱਟ ਤਾਂ ਕੀ ਆ ਫਿਰ ਜੇ ਚੂਹਾ ਤੇ ਬਿੱਲਾ ਰਲ ਗਏ। ਆਹੀ ਤਾਂ ਹੀ ਕਹਿੰਦਾ ਸਾਡੀ ਕੁੱਤੀ ਚੋਰਾਂ ਨਾਲ ਰਲੀ ਵੀ ਆ, ਸੇਵਕ ਤੇ ਨੌਕਰ ਆਪਸ ਵਿੱਚ ਕੀ ਆ ਘਿਓ ਖਿਚੜੀ ਨੇ, ਤੇ ਜਿਹੜੇ ਘਿਓ ਖਿਚੜੀ ਹੋ ਗਏ ਸਾਡੇ ਪੱਲੇ ਉਹਨਾਂ ਨੇ ਕੀ ਆਉਣ ਦੇਣਾ, ਮਲਾਈ ਬਿੱਲੇ ਨਹੀਂ ਆਉਣ ਦਿੰਦੇ, ਚੂਹੇ ਨੇ ਥੱਲੇ ਕੁਛ ਨਹੀਂ ਛੱਡਣਾ। ਇਹ ਸਾਡੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਆ, ਜਿੱਦੇ ਪੰਜਾਬ ਦੀ ਬਰਬਾਦੀ ਦਾ ਇਤਿਹਾਸ ਲਿਖਿਆ ਜਾਣਾ ਨਾ ਕਟਹਿਰੇ ਦੇ ਵਿੱਚ। ਮੈਂ ਕਹਿੰਦਾ ਸਾਰੇ ਜਿੰਨੀ ਕੀ ਆ ਇਹ IAS ਲੋਬੀ ਆ, IAS ਕਿਹੜੀ, ਇੰਡੀਅਨ ਅਵਤਾਰ ਸਰਵਿਸ ਜਿਵੇਂ ਬਾਈ ਨੇ ਕਿਹਾ, ਇਹਨਾਂ ਨੂੰ ਰੱਬ ਦਾ ਦਰਜਾ ਦਿੱਤਾ ਬਾਈ ਚਰਨਜੀਤ ਭੁੱਲਰ ਨੇ, ਠੀਕ ਹੈ। ਤੇ ਇਸੇ ਕਰਕੇ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਕਿ ਇਸ ਗੱਲਾਂ ਦੇ ਉੱਤੇ ਜੇ ਤੁਹਾਡੇ ਨਾਲ ਸਹਿਮਤੀ ਹੈਗੀ ਆ ਤਾਂ ਇਹਨਾਂ ਲੋਕਾਂ ਦੇ ਮਗਰ ਪੈਣਾ ਪੈਣਾ। ਹੁਣ ਪਿੱਛੇ ਜੇ ਮਰੂਦਾਂ ਵਾਲਾ ਘਪਲਾ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊ ਕਿ ਏਕੜ ਦੇ ਵਿੱਚ ਕਿੰਨੇ ਕਰੋੜ ਦੇ ਮਰੂਦਾਂ ਦੇ ਬੂਟੇ ਹੀ ਲੱਗ ਜਾਂਦੇ ਆ, ਕਿਹੜਾ ਘਪਲਾ, ਕਿਹੜਾ ਮਾ ਕੇ ਫਾਈਲ ਆ, ਕਿਹੜਾ ਮਾ ਕੇ ਹੈਗਾ ਜਿਹੜਾ ਇਹਨਾਂ ਦੇ ਸਾਈਨਾਂ ਤੋਂ ਬਿਨਾਂ ਹੁੰਦਾ ਸੀ। ਬਾਦਲਾਂ ਨੂੰ ਕੋਸਦੇ ਆ, ਕੈਪਟਨਾਂ ਨੂੰ ਕੋਸਦੇ ਆ, ਸਭ ਨੇ ਲੁੱਟਿਆ ਪੰਜਾਬ ਨੂੰ, ਰੱਜ ਕੇ ਲੁੱਟਿਆ। ਪਰ ਮੈਨੂੰ ਐਂ ਦੱਸੋ, ਮੇਰੇ ਨਾਲ ਕਈ ਵਾਰੀ ਸਾਡੇ ਕੀ ਆ ਹੇਠਲੇ ਬਾਊ ਵੀ ਗੁੱਸੇ ਹੋ ਜਾਂਦੇ ਆ, ਮਿਨਿਸਟਰ ਸਟਾਫ ਵਾਲੇ, ਕਿਹੜਾ ਘਪਲਾ ਜਿਹੜਾ ਕੀ ਆ ਬਾਊ ਦੇ ਸਾਈਨ ਤੋਂ ਬਿਨਾਂ ਹੋ ਜਾਂਦਾ। ਤੇ ਜੇ ਇਕੱਲੀ ਇਹ ਲੋਬੀ ਆ ਜਿਹੜੀ, ਤਾਂ IAS ਲੋਬੀ ਆ, ਇਹ ਲੋਬੀ ਤੋਂ ਬਿਨਾਂ ਪੱਤਾ ਨਹੀਂ ਹੱਲ ਸਕਦਾ। ਜੇ ਪੰਜਾਬ ਦੇ ਜਿੰਨੇ ਸੌਦੇ ਹੋਏ ਆ ਇਹਨਾਂ ਦੇ ਰਾਹੀਂ ਹੋਏ ਆ, ਇਹ ਤਾਂ ਵਿਚਾਲੇ ਕੀ ਆ ਵਿਚੋਲੇ ਰਹੇ ਆ, ਇਹ ਦੱਲੇ ਰਹੇ ਆ, ਇਹ ਸੌਦੇ ਕਰਾਉਂਦੇ ਰਹੇ ਆ। ਇਸੇ ਕਰਕੇ ਮੈਂ ਕਹਿਣਾ, ਥੋੜੀ ਜਿਹੀ ਇਗਜ਼ਾਮਪਲ ਦਿੰਦਾ ਕਿ ਪਿੱਛੇ ਜੇ ਵਾਹ ਪਿਆ, ਮੈਂ ਕਿ ਹੈਗਾ ਮਗਸਿੱਪਾ ਹੈਗੀ ਆ ਮਹਾਤਮਾ ਗਾਂਧੀ ਟ੍ਰੇਨਿੰਗ ਇੰਸਟੀਚਿਊਟ ਆ 26 ਸੈਕਟਰ ਦੇ ਵਿੱਚ, ਉੱਥੇ ਸਾਡੀ ਟ੍ਰੇਨਿੰਗ ਲੱਗੀ ਸੀ ਜਦੋਂ ਜੋਬ ਦੇ ਉੱਤੇ ਮੈਂ ਅਸੀਂ ਭਰਤੀ ਹੋਏ ਸੀ। ਤਾਂ ਉੱਥੇ ਕੀ ਆ, ਇੱਕ ਵਕੀਲ ਸਾਹਿਬ ਸਾਡੀ ਹਫ਼ਤਾ ਟ੍ਰੇਨਿੰਗ ਕਰਦੇ ਰਹੇ ਵੀ ਜੇ ਘਪਲਾ ਕਰਦੇ ਹੋ ਤਾਂ ਤੁਹਾਡੇ 'ਤੇ ਆਹ ਚਾਰਜਿਸ ਲੱਗਣਗੇ, ਆਹ ਕੁਛ ਹੋਊ, ਆਹ ਕੁਛ ਹੋਊਗਾ, ਡਰਾਉਂਦੇ ਰਹੇ ਹਫ਼ਤਾ। ਅਤੇ ਅਖੀਰਲੇ ਦਿਨ ਉਹਨਾਂ ਨੇ ਮਗਰਲੇ 5 ਮਿੰਟਾਂ 'ਚ ਕੀ ਗੱਲ ਕਹੀ, ਕਹਿੰਦੇ ਜਿੱਡਾ ਮਰਜ਼ੀ ਘਪਲਾ ਕਰ ਲਿਓ, ਕਹਿੰਦੇ ਮੇਰੇ ਕੋਲ ਆ ਜਾਇਓ, ਹਾਈ ਕੋਰਟ 'ਚ ਪ੍ਰੈਕਟਿਸ ਕਰਦੇ ਅੱਜ ਕੱਲ੍ਹ, ਕਹਿੰਦੇ ਮੇਰੇ ਕੋਲ ਆ ਜਾਇਓ, ਕਹਿੰਦੇ ਕਿ ਆ ਚੁਟਕੀਆਂ ਦੇ ਵਿੱਚ ਬਰੀ ਹੋਜੂ, ਤੁਹਾਨੂੰ ਫੁੱਲ ਦੀ ਨਹੀਂ ਲੱਗਣ ਦਿੰਦਾ। ਹੁਣ ਮਸਲਾ ਕੀ ਆ, ਸਾਰੇ ਘਪਲੇਬਾਜ਼ ਲਾ ਲਓ ਜਿਹੜੇ ਕਰਪਟ ਲੋਕ ਨੇ, ਇਹ ਸਾਰੇ ਫਿਰ ਜਾਂਦੇ ਕਿੱਥੇ ਆ, ਇਹ ਗੜ੍ਹ 'ਚ ਹੀ ਜਾਂਦੇ ਆ, ਚੰਡੀਗੜ੍ਹ ਜਾਂਦੇ ਆ, ਉਹ ਦਲਾਲਗੜ੍ਹ ਕੋਲੇ, ਦਲਾਲਾਂ ਕੋਲੇ ਜਾਂਦੇ ਆ। ਦਲਾਲ ਸਾਡੇ ਪਿੰਡਾਂ 'ਚੋਂ ਵੀ, ਸਾਡੇ ਏਰੀਏ 'ਚੋਂ ਵੀ ਬਹੁਤ ਲੋਕ ਉੱਥੇ ਬੈਠੇ ਆ, ਤਕੜੀਆਂ ਕੋਠੀਆਂ ਨੇ ਉਹਨਾਂ ਦੀਆਂ, ਇਹਨਾਂ ਦਾ ਪੈਸਾ ਵੀ ਸਾਂਭਦੇ ਆ, ਬੜੇ ਮਾ ਕੇ ਕੀ ਆ ਦੱਲੇ ਥੱਲੇ ਵੀ ਹੈਗੇ ਆ, ਉਹ ਛੋਟੇ ਦੱਲੇ ਆ। ਜਿਹੜੇ ਪਿੰਡਾਂ 'ਚ ਫਿਰਦੇ ਹੁੰਦੇ ਆ ਉਹ ਦੱਲੇ ਨਹੀਂ ਹੁੰਦੇ, ਉਹ ਘੜਾਮ ਚੌਧਰੀ ਹੁੰਦੇ ਆ, ਉਹ ਫੋਕੀ ਫੂਫੇ ਦੇ ਮਾਰੀ ਤੁਰੇ ਫਿਰਦੇ ਆ, ਪਰ ਦੱਲੇ ਵਿੱਚੋਂ ਕਮਿਸ਼ਨ ਲੈਂਦੇ ਆ। ਪੰਜਾਬ ਦੀ ਬਰਬਾਦੀ 'ਚੋਂ ਕਮਿਸ਼ਨ ਖਾਣ ਵਾਲੇ ਜੇ ਤੁਸੀਂ ਇਹਨਾਂ IAS ਅਫਸਰਾਂ ਨੂੰ ਮੰਨਦੇ ਹੋ, ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਸਾਰੇ ਲੋਕਾਂ ਨੂੰ ਲਾਣਤਾਂ ਪਾਇਓ, ਰੱਜ ਕੇ ਪਾਇਓ, ਅਤੇ ਇਸ ਗੱਲਾਂ ਨਾਲ ਜੇ ਸਹਿਮਤ ਹੈਗੇ ਹੋ, ਕਿਉਂਕਿ ਸੂਰਜਮੁਖੀ ਦੇ ਜਿਹੜੇ ਫੁੱਲ ਨੇ ਨਾ, ਬਾਈ ਚਰਨਜੀਤ ਭੁੱਲਰ ਨੇ ਵੀ ਸੂਰਜਮੁਖੀ ਦੇ ਫੁੱਲ ਲਿਖਿਆ, ਕਿਵੇਂ
ਉਹ ਕਹਿੰਦੇ ਜਦੋਂ ਬਾਦਲਾਂ ਦੀ ਸਰਕਾਰ 2012 ਚ ਰਿਪੀਟ ਕਰ ਗਈ ਨਾ, ਆਉਣ ਦੇ ਚਾਂਸ ਹੈ ਨਹੀਂ ਸੀ 7 ਤੋਂ ਬਾਅਦ, ਸਾਰੇ ਇਹੀ IAS ਅਫਸਰ ਕਹਿੰਦੇ ਗੱਡੀਆਂ ਭਰ ਭਰ ਕੇ ਗਿਫਟਾਂ ਦੀਆਂ ਉੱਤੇ ਲਾ ਕੇ ਨਵੀਆਂ ਚਿੱਟਾਂ, ਜਾਂ ਕਹਿੰਦੇ ਕੈਪਟਨ ਦੇ ਘਰੇ ਪਹੁੰਚ ਗਏ ਸੀ ਦੁਪਹਿਰ ਤੱਕ, ਜਦੋਂ ਕੀ ਆ ਗੱਡੀ ਘੁੰਮਣ ਲੱਗ ਗਈ ਤੇ ਸਰਕਾਰ ਬਾਦਲਾਂ ਦੀ ਬਣਨ ਲੱਗ ਗਈ, ਚਿੱਟਾ ਪੱਲਣੀਆਂ ਮੈਂ ਕਿਹਾ ਪੱਟਣੀਆਂ ਭੁੱਲ ਗਏ, ਉਹੀ ਗਿਫਟ ਲੈ ਕੇ ਬਾਦਲਾਂ ਦੇ ਦਰਵਾਜ਼ੇ ਤੇ ਵਗ ਗਏ, ਸੂਰਜਮੁਖੀ ਦੇ ਫੁੱਲ ਨੇ। ਇਹ ਸਕੇ ਕਿਸੇ ਦੇ ਨਹੀਂ, ਨਾ ਮੌਜੂਦਾ ਸਰਕਾਰ ਦੇ ਹੋਣ, ਇਹ ਸਕੇ ਕਿਹਦੇ ਆ, ਆਪਦੇ ਪਿਓ, ਇਹਨਾਂ ਦਾ ਪਿਓ ਕੌਣ ਆ, ਗਾਂਧੀ ਆ, ਇਹ ਗਾਂਧੀ ਦੇ ਸਕੇ ਨੇ, ਇਸ ਕਰਕੇ ਇਹਨੂੰ ਰੱਜ ਕੇ ਲਾਹਣਤਾਂ ਪਾਉਣੀਆਂ ਬਣਦੀਆਂ ਨੇ। ਤੇ ਮੈਂ ਪੰਜਾਬ ਦੀ ਬਰਬਾਦੀ ਦਾ ਅਸਲ ਜ਼ਿੰਮੇਵਾਰ ਇਸੇ ਜਮਾਤ ਨੂੰ ਕਹਿਣਾ, ਇਹੀ ਜਮਾਤ ਨੇ ਸਾਡੇ ਪੰਜਾਬ ਨੂੰ ਅਸਲ ਦੇ ਵਿੱਚ ਕੀ ਆ, ਬਰਬਾਦ ਕੀਤਾ। ਤੇ ਜੇ ਤੁਸੀਂ ਇਹਨਾਂ ਨੂੰ ਜ਼ਿੰਮੇਵਾਰ ਮੰਨਦੇ ਹੋ ਤਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਜਿਵੇਂ ਬਾਈ ਚਰਨਜੀਤ ਭੁੱਲਰ ਨੇ ਅਖੀਰ 'ਚ ਲਿਖਿਆ, ਜੇ ਪਬਲਿਕ ਹੈ, ਜੇ ਸਭ ਜਾਣਦੀ ਹੈ, ਜਿਹੜੇ ਜਾਣਦੇ ਹੋ ਉਹ ਸ਼ੇਅਰ ਕਰਿਓ, ਤੇ ਜਿਹੜੇ ਕੀ ਇਸ ਗੱਲ ਨਾਲ ਨਹੀਂ ਸਹਿਮਤ ਹੈਗੇ ਉਹ ਸ਼ੇਅਰ ਨਾ ਕਰਿਓ। ਇੰਨੀਆਂ ਕੁ ਬੇਨਤੀਆਂ ਕਰਦਾ, ਫਤਿਹ ਅਰਜਾ, ਵਾਹਿਗੁਰੂ ਜੀ ਕਾ ਖਾਲਸਾ,